ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਖਾਣ ਵਾਲੀਆਂ ਕਿਹੜੀਆਂ ਚੀਜ਼ਾਂ ਏ ਜਿਨ੍ਹਾਂ ਤੋਂ 슈ਗਰ ਦੇ ਮਰੀਜ਼ਾਂ ਨੂੰ ਬਿਲਕੁਲ ਦੂਰ ਰਹਿਣਾ ਚਾਹੀਦਾ ਏ ਸੋ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਜੇ ਉਹ ਇਹ ਚੀਜ਼ਾਂ ਖਾਣਗੇ ਤਾਂ ਤੁਰੰਤ ਜਿਹੜਾ 슈ਗਰ ਦਾ ਲੈਵਲ ਆ ਖੂਨ ਚ ਉੱਪਰ ਆ ਜਾਂਦਾ ਏ ਸੋ ਅੱਜ ਅਸੀਂ ਉਹਨਾਂ ਖਾਣ ਵਾਲੀਆਂ ਚੀਜ਼ਾਂ ਦੀ ਗੱਲ ਕਰਾਂਗੇ ਇਹਦੇ ਨਾਲ ਨਾਲ ਦੋਸਤੋ ਵੀਡੀਓ ਦੇ ਅਖੀਰ ਤੇ ਅਸੀਂ ਉਹ ਨੁਸਖੇ ਵੀ ਜਾਣਾਂਗੇ ਕੁਝ ਛਿੰਨਾ ਨਾਸੀ 슈ਗਰ ਦਾ ਲੈਵਲ ਠੀਕ ਰੱਖ ਸਕਦੇ ਆ ਬਗੈਰ ਕਿਸੇ ਦਵਾਈ ਤੋਂ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਦੋਸਤੋ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਦਾ ਗਲਾਈਸੈਮਿਕ ਇੰਡੈਕਸ ਹੇਠਾਂ ਹੁੰਦਾ ਘੱਟ ਹੁੰਦਾ ਉਹ ਚੀਜ਼ਾਂ 슈ਗਰ ਦੇ ਮਰੀਜ਼ਾਂ ਲਈ ਸੇਫ ਹੁੰਦੀਆਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਗਲਾਈਸੈਮਿਕ ਇੰਡੈਕਸ ਹੁੰਦਾ ਕੀ ਆ ਦੋਸਤੋ ਗਲਾਈਸੈਮਿਕ ਇੰਡੈਕਸ 1 ਤੋਂ ਲੈ ਕੇ 100 ਤੱਕ ਹੁੰਦੀ ਹੈ ਦੀ ਗਿਣਤੀ ਸੋ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਦਾ ਗਲਾਈਸੈਮਿਕ ਇੰਡੈਕਸ 54 ਆ ਜਾਂ ਇਸ ਤੋਂ ਘੱਟ ਆ ਉਹ 슈ਗਰ ਦੇ ਮਰੀਜ਼ਾਂ ਵਾਸਤੇ ਸੇਫ ਹੁੰਦੀਆਂ ਉਹ ਖਾ ਸਕਦੇ ਆ ਪਰ ਜਿਹੜੀਆਂ ਚੀਜ਼ਾਂ ਦਾ ਗਲਾਈਸੈਮਿਕ ਇੰਡੈਕਸ 54 ਤੋਂ ਵੀ ਉੱਪਰ ਆ ਉਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ 슈ਗਰ ਦੇ ਮਰੀਜ਼ਾਂ ਨੂੰ ਸੋ ਸਭ ਤੋਂ ਪਹਿਲੀ ਚੀਜ਼ ਜਿਹਦਾ ਗਲਾਈਸੈਮਿਕ ਇੰਡੈਕਸ ਬਹੁਤ ਜ਼ਿਆਦਾ ਹੁੰਦਾ ਏ ਤੇ ਇਹਦਾ ਬਿਲਕੁਲ ਬੰਦ ਕਰਨੀ ਚਾਹੀਦੀ ਸ਼ੂਗਰ ਦੇ ਮਰੀਜ਼ਾਂ ਨੂੰ ਉਹ ਹੈਗੀ ਆ ਮੈਦਾ ਤੇ ਮੈਦੇ ਤੋਂ ਬਣਵਾਲੀਆਂ ਚੀਜ਼ਾਂ ਦੋਸਤੋ ਅਕਸਰ ਹੀ ਅਸੀਂ ਪਕੌੜੇ ਹੋਗੇ ਸਮੋਸੇ ਨਮਕੀਨ ਮਠੀਆਂ ਅਜਿਹੀਆਂ ਚੀਜ਼ਾਂ ਸੀ ਇਹ ਸਮਝ ਕੇ ਸ਼ੂਗਰ ਦੇ ਮਰੀਜ਼ ਖਾ ਲੈਂਦੇ ਵੀ ਇਹਨਾਂ 'ਚ ਕਿਹੜਾ ਮਿੱਠਾ ਹੈਗਾ ਇਹ ਨਮਕੀਨ ਆ ਸੋ ਪਰ ਦੋਸਤੋ ਇਹ ਚੀਜ਼ਾਂ ਮੈਦੇ ਤੋਂ ਬਣੀਆਂ ਹੋਣ ਕਰਕੇ ਇਨਾਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਹਾਈ ਹੁੰਦਾ ਏ ਜਿਹੜੀਆਂ ਕਹਿ ਲੋ 슈ਗਰ ਦੇ ਮਰੀਜ਼ਾਂ ਵਾਸਤੇ ਬਹੁਤ ਖਤਰਨਾਕ ਹੁੰਦੀਆਂ ਜੇ ਇਹਨੂੰ ਖਾਣਗੇ ਇਹਦੇ ਨਾਲ 슈ਗਰ ਦਾ ਜਿਹੜਾ ਲੈਵਲ ਆ ਸਾਡੇ ਖੂਨ ਚ ਉਤਰਾੰਤ ਉੱਪਰ ਚੜ ਜਾਂਦਾ ਏ ਸੋ ਮੈਦਾ ਤੇ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ 슈ਗਰ ਦੇ ਮਰੀਜ਼ਾਂ ਨੂੰ ਤੇ ਦੋਸਤੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਆ ਜਿਨ੍ਹਾਂ ਨੂੰ 슈ਗਰ ਦੇ ਮਰੀਜ਼ਾਂ ਨੂੰ ਪਰਹੇਜ਼ ਕਰਨਾ ਚਾਹੀਦਾ ਮੁਰਮਰੇ ਜਿਹਨੂੰ ਅਸੀਂ ਕਹਿ ਦਿੰਨੇ ਆ ਸੋ 슈ਗਰ ਦੇ ਮਰੀਜ਼ ਅਕਸਰ ਇਹਨਾਂ ਨੂੰ ਫੁੱਲੀਆਂ ਵੀ ਕਹਿ ਦਿੰਦੇ ਪੰਜਾਬੀ 'ਚ ਅਕਸਰ ਹੀ ਇਹਨਾਂ ਨੂੰ ਖਾਂਦੇ ਆ ਪ੍ਰੇਫਰ ਕਰਦੇ ਇਹਨਾਂ ਨੂੰ ਖਾਣਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਨਾਂ ਦਾ ਜਿਹੜਾ ਕੈਲਰੀ ਕਾਊਂਟ ਦਾ ਚਲੋ ਉਹਨਾਂ 'ਚ ਘੱਟ ਹੀ ਹੁੰਦਾ ਉਹਨਾਂ ਨੂੰ ਲੱਗਦਾ ਵੀ ਇਹ ਖਾਣ 'ਚ ਹਲਕੇ ਆ ਤੇ ਕੋਈ ਜ਼ਿਆਦਾ ਭਾਰਾ ਭੋਜਨ ਨਹੀਂਗਾ ਸ਼ੂਗਰ ਵੀ ਨਹੀਂ ਵਧੂਗੀ ਪਰ ਦੋਸਤੋ ਇਹ ਜਿਹੜੇ ਚੌਲਾਂ ਦੇ ਪਫਡ ਰਾਈਸ ਤੋਂ ਬਣੇ ਹੁੰਦੇ ਆ ਮੁਰਮਰੇ ਇਹਨਾਂ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ 90 ਹੁੰਦਾ ਏ 90 ਸੋ ਇਹ ਬੜੀ ਜਲਦੀ ਸਾਡੇ ਖੂਨ ਚ ਜਿਹੜਾ 슈ਗਰ ਦਾ ਲੈਵਲ ਆ ਉਹਨੂੰ ਉੱਪਰ ਲੈ ਕੇ ਜਾਂਦੇ ਆ ਸੋ ਇਹਨਾਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਏ ਜਿਨ੍ਹਾਂ ਲੋਕਾਂ ਨੂੰ 슈ਗਰ ਆ ਬੇਸ਼ੱਕ ਇਹਨਾਂ ਚ ਕੈਲਰੀ ਕਾਊਂਟ ਘੱਟ ਹੁੰਦਾ ਏ ਪਰ ਇਹ 슈ਗਰ ਨੂੰ ਬੜੀ ਜਲਦੀ ਉਹ ਵਧਾਉਂਦੇ ਕਿਉਂਕਿ ਇਹਨਾਂ ਦਾ ਗਲਾਈਸੈਮਿਕ ਇੰਡੈਕਸ ਜਿਹੜਾ ਜ਼ਿਆਦਾ ਹੁੰਦਾ ਅਗਲੀ ਜਿਹੜੀ ਖਾਣ ਵਾਲੀ ਚੀਜ਼ ਇਹਨਾਂ ਦਾ ਪਰਹੇਜ਼ ਕਰਨਾ ਚਾਹੀਦਾ ਜਿਹਦਾ 슈ਗਰ ਦੇ ਮਰੀਜ਼ਾਂ ਨੂੰ ਉਹ ਹੈਗੇ ਆ ਪੋਟੇਟੋ ਆਲੂ ਦੋਸਤੋ ਆਲੂਆਂ ਦਾ ਵੀ ਜਿਹੜਾ ਗਲਾਈਸੈਮਿਕ ਇੰਡੈਕਸ ਉਹ 84 ਹੁੰਦਾ 84 ਹੁੰਦਾ ਏ ਸੋ ਆਲੂ ਅਸੀਂ ਸਬਜ਼ੀ 'ਚ ਵੀ ਵਰਤ ਲੈਨੇ ਆ ਇਹਦੇ ਪਰੌਂਠੇ ਵੀ ਬਣਾ ਲੈਨੇ ਆ ਸੋ ਇਹ ਅਸੀਂ ਸ਼ੁਰੂ ਤੋਂ ਆਲੂਆਂ ਦਾ ਜਿਹੜਾ ਅਸੀਂ ਸੇਵਨ ਉਹ ਜ਼ਿਆਦਾ ਕਰਦੇ ਆਏ ਆ ਸੋ ਸਾਨੂੰ ਲੱਗਦਾ ਵੀ ਇਹ ਸ਼ੂਗਰ ਦੇ ਲਈ ਸਹੀ ਹੋਣਗੇ ਪਰ ਦੋਸਤੋ ਬੇਸ਼ੱਕ ਇਹਨਾਂ 'ਚ ਪੋਸ਼ਟਿਕ ਤੱਤ ਵਧੀਆ ਹੁੰਦੇ ਆ ਪਰ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਿਲਕੁਲ ਠੀਕ ਨਹੀਂਗੇ हां ਇਹਨਾਂ ਦੇ ਪੋਸਟਿਕ ਤੱਤਾਂ ਨੂੰ ਵੇਖਦੇ ਹੋਏ ਤੁਸੀਂ ਆਲੂਆਂ ਦਾ ਸੇਵਨ ਘਟਾ ਸਕਦੇ ਆ ਬਿਲਕੁਲ ਚਲੋ ਬੰਦ ਨਾ ਕਰੋ ਪਰ ਜਦੋਂ ਵੀ ਤੁਸੀਂ ਆਲੂ ਖਾਣੇ ਆ ਇਹਨਾਂ ਦੇ ਨਾਲ ਤੁਸੀਂ ਕੋਈ ਵੀ ਸਬਜੀ ਮਿਕਸ ਕਰਕੇ ਖਾਓ ਸਬਜੀ ਵਿੱਚ ਮਿਲਾ ਕੇ ਖਾਓ ਤਾਂ ਜੋ ਜਿਹੜੇ ਸਬਜੀ ਵਿੱਚਲੇ ਫਾਈਬਰਸ ਆ ਉਹ ਐਬਸਾਰਪਸ਼ਨ ਘੱਟ ਹੋ ਜਾਂਦੀ ਉਹਨਾਂ ਨਾਲ ਜਿਹੜਾ 슈ਗਰ ਦਾ ਲੈਵਲ ਆ ਉਹ ਸਾਡੀਆਂ ਅੰਤੜੀਆਂ 'ਚ ਘੱਟ ਸੋਕਿਆ ਜਾਂਦਾ ਏ। ਸੋ ਆਲੂ ਬਿਲਕੁਲ ਕੱਲਾ ਨਾ ਖਾਓ ਜਦੋਂ ਵੀ ਖਾਣਾ ਏ। ਇਹਨੂੰ ਕਿਸੇ ਵੀ ਸਬਜ਼ੀ ਦੇ ਨਾਲ ਮਿਲਾ ਕੇ ਖਾਓ ਤੇ ਕੋਸ਼ਿਸ਼ ਕਰੋ ਵੀ ਇਹਦੀ ਮਾਤਰਾ ਘੱਟ ਤੋਂ ਘੱਟ ਹੀ ਲਈ ਜਾਵੇ। ਤੇ ਦੋਸਤੋ ਹੋਰ ਜਿਹੜੀ ਖਾਣ ਵਾਲੀ ਚੀਜ਼ ਜਿਹਦਾ ਸਾਨੂੰ ਪ੍ਰੇਸ਼ ਕਰਨਾ ਚਾਹੀਦਾ ਏ ਉਹ ਹੈਗਾ ਏ ਬ੍ਰੈਡ। ਖਾਸ ਕਰ ਬ੍ਰੈਡ ਜਿਹੜਾ ਮਰਜ਼ੀ ਹੋਵੇ ਭਲਾ ਵਾਈਟ ਬ੍ਰੈਡ ਹੋਵੇ ਭਾਵੇਂ ਬ੍ਰਾਊਨ ਬ੍ਰੈਡ ਹੋਵੇ ਭਾਵੇਂ ਅੱਜ ਕੱਲ ਜਿਹੜੀ ਆਟਾ ਬ੍ਰੈਡ ਆ ਰਹੀ ਆ। ਸੋ ਇਹ ਕਿਸੇ ਵੀ ਤਰ੍ਹਾਂ ਦੀ ਬ੍ਰੈਡ ਹੋਵੇ ਉਹਦੇ ਵਿੱਚ 90% ਜਿਹੜਾ ਉਹ ਮੈਦਾ ਹੁੰਦਾ ਹੈ ਸੋ ਕੰਪਨੀਆਂ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਸਤੇ ਇਹ ਕਹਿ ਦਿੰਦੀਆਂ ਐ ਵੀ ਇਹ ਬਰਾਊਨ ਬ੍ਰੈਡ ਆ ਇਹ ਹੋਲ ਵੀਟ ਤੋਂ ਬਣਿਆ ਐ ਇਹਦੇ ਵਿੱਚ ਮੈਦੇ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਪਰ ਉਹਨੂੰ ਧਿਆਨ ਨਾ ਉਸ ਦੇ ਪੈਕੇਟ ਨੂੰ ਪੜ੍ਹਨ ਨਾ ਪਤਾ ਲੱਗਦਾ ਵੀ ਇਹਦੇ ਵਿੱਚ ਮੈਦੇ ਦੀ ਜਿਹੜੀ ਰਿਫਾਈਨਡ ਵੀਟ ਫਲੋਰ ਦੀ ਜਿਹੜੀ ਮਾਤਰਾ ਉਹ ਜ਼ਿਆਦਾ ਹੁੰਦੀ ਆ ਤੇ ਉਹ ਨਾਮਾ ਤੇਰੀ ਹੁੰਦਾ ਇਹਦੇ ਵਿੱਚ ਹੋਲ ਵੀਟ ਜਾਂ ਕਹਿ ਲਓ ਮਲਟੀ ਗ੍ਰੇਨ ਨਾਮਾ ਤੇਰੀ ਇਹ ਚੀਜ਼ਾਂ ਪਾਈਆਂ ਹੁੰਦੀਆਂ ਐ ਸੋ ਇਹਨਾਂ ਚੀਜ਼ਾਂ ਦਾ ਬਿਲਕੁਲ ਸਾਨੂੰ ਪਰਹੇਜ਼ ਕਰਨਾ ਚਾਹੀਦਾ ਏ ਜਿਹੜੀਆਂ ਵਾਈਟ ਬ੍ਰੈਡ ਕਹਿ ਲਓ ਜਾਂ ਬਰਾਊਨ ਬ੍ਰੈਡ ਕਹਿ ਲਓ ਜਾਂ ਜਿਹੜਾ ਆਟੇ ਵਾਲਾ ਬ੍ਰੈਡ ਆਉਂਦਾ ਤੇ ਦੋਸਤੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਆ ਜਿਹਦਾ ਸਾਨੂੰ ਪਰਹੇਜ਼ ਬਿਲਕੁਲ ਰੱਖਣਾ ਚਾਹੀਦਾ ਉਹ ਹੈਗੇ ਆ ਆ ਜਿਹੜੇ ਆਉਂਦੇ ਆ ਕੌਰਨ ਫਲੇਕਸ ਕੌਰਨ ਫਲੇਕਸ ਵੀ ਕੰਪਨੀਆਂ ਵੱਲੋਂ ਇਹ ਕਹਿ ਕੇ ਵੇਚੇ ਜਾਂਦੇ ਵੀ ਇਹ ਹੈਲਦੀ ਹੁੰਦੇ ਆ 슈ਗਰ ਦੇ ਮਰੀਜ਼ ਵੀ ਖਾ ਸਕਦੇ ਆ ਪਰ ਇੱਕ ਤਾਂ ਇਹ ਪ੍ਰੋਸੈਸਡ ਕੀਤੇ ਹੁੰਦੇ ਆ ਨੰਬਰ 2 ਇਹਨਾਂ ਦੇ ਵਿੱਚ 슈ਗਰ ਦੀ ਮਾਤਰਾ ਹੁੰਦੀ ਆ ਸੋ ਕਦੇ ਵੀ ਇਹਨਾਂ ਦਾ ਇਸਤੇਮਾਲ ਨਾ ਕਰੋ ਇਹ ਵੀ 슈ਗਰ ਦੇ ਮਰੀਜ਼ਾਂ ਲਈ ਬਿਲਕੁਲ ਖਤਰਨਾਕ ਆ ਜੇ ਕੌਰਨ ਫਲੇਕਸ ਦਾ ਵੀ ਉਹ ਸੇਵਨ ਕਰਦੇ ਆ ਤਾਂ ਤੇ ਦੋਸਤੋ ਨੂਡਲਸ ਦਾ ਵੀ ਬਿਲਕੁਲ 슈ਗਰ ਦੇ ਮਰੀਜ਼ਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਇਹ ਮੈਦੇ ਤੋਂ ਬਣੇ ਹੁੰਦੇ ਆ ਤੇ ਇਹਨਾਂ 'ਚ ਫਾਈਬਰ ਦੀ ਮਾਤਰਾ ਨਾ ਮਾਤਰ ਹੁੰਦੀ ਆ ਸੋ ਇਹ ਵੀ ਸਾਡੇ ਅੰਤੜੀਆਂ 'ਚ ਜਦੋਂ ਪਹੁੰਚਦੇ ਆ ਤਾਂ ਬੜੀ ਜਲਦੀ ਜਿਹੜਾ 슈ਗਰ ਦਾ ਲੈਵਲ ਆ ਉਹ ਸਾਡੇ ਅੰਤੜੀਆਂ ਤੋਂ ਸੋਖਿਆ ਜਾਂਦਾ ਹੈ ਤੇ ਖੂਨ 'ਚ ਬੜੀ ਜਲਦੀ 슈ਗਰ ਵੱਧਦੀ ਆ ਸੋ ਇਹਦੇ ਨਾਲ ਨਾਲ ਦੋਸਤੋ ਸ਼ਹਿਦ ਬਾਰੇ ਵੀ ਇੱਕ ਗਲਤ ਧਾਰਨਾ ਬਣੀ ਹੋਈ ਆ ਕਿ ਸ਼ਾਇਦ ਚੀਨੀ ਤੋਂ ਵਧੀਆ ਚੀਜ਼ ਆ ਇਹ ਨੂੰ 슈ਗਰ ਦੇ ਮਰੀਜ਼ ਵੀ ਖਾ ਸਕਦੇ ਬੇਸ਼ੱਕ ਸ਼ਹਿਦ ਦੇ ਵਿੱਚ ਐਂਟੀਆਕਸੀਡੈਂਟ ਨੂੰ ਜੇ ਵੇਖੀਏ ਹੋਰ ਪੋਸਟਿਕ ਤੱਤਾਂ ਨੂੰ ਵੇਖੀਏ ਵਿਟਾਮਿਨਸ ਨੂੰ ਵੇਖੀਏ ਬੇਸ਼ੱਕ ਬਹੁਤ ਹੀ ਪੋਸਟਿਕਾ ਸ਼ਹਿਦ ਪਰ ਜਿਨ੍ਹਾਂ ਲੋਕਾਂ ਨੂੰ 슈ਗਰ ਆ ਉਹਨਾਂ ਵਾਸਤੇ ਇਹ ਠੀਕ ਨਹੀਂਗਾ ਕਿਉਂਕਿ ਇੱਕ ਸਟੱਡੀ ਦੱਸਦੀ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਚੀਨੀ ਨਾਲੋਂ ਬੇਸ਼ੱਕ ਘੱਟ ਸਮੇਂ 'ਚ 슈ਗਰ ਦਾ ਲੈਵਲ ਵਧਾਉਂਦਾ ਏ ਪਰ ਉਹਨਾਂ ਹੀ 슈ਗਰ ਦਾ ਲੈਵਲ ਵਧਦਾ ਏ ਜਦੋਂ ਅਸੀਂ ਸ਼ਹਿਦ ਦਾ ਸੇਵਨ ਕਰਦੇ ਆ ਸੋ 슈ਗਰ ਦੇ ਮਰੀਜ਼ਾਂ ਨੂੰ ਸ਼ਹਿਦ ਦਾ ਸੇਵਨ ਬਿਲਕੁਲ ਬੰਦ ਕਰਨਾ ਚਾਹੀਦਾ ਏ ਤੇ ਦੋਸਤੋ ਇੱਕ ਜਿਹੜੀ ਹੋਰ ਖਾਣ ਵਾਲੀ ਚੀਜ਼ ਹੈ ਜਿਹਦਾ 슈ਗਰ ਦੇ ਮਰੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਉਹ ਹੈਗਾ ਫਲਾਂ ਦਾ ਜੂਸ। ਦੋਸਤੋ ਫਲਾਂ ਦਾ ਜਦੋਂ ਅਸੀਂ ਜੂਸ ਕੱਢਦੇ ਆ ਤਾਂ ਜਿਹੜਾ ਉਹਨਾਂ ਵਿਚਲਾ ਫਾਈਬਰ ਦੀ ਮਾਤਰਾ ਫਾਈਬਰ ਕੰਟੈਂਟ ਆ ਉਹ ਬਿਲਕੁਲ ਅਲੱਗ ਹੋ ਜਾਂਦਾ ਏ ਤੇ ਸਿਰਫ 슈ਗਰ ਦਾ ਕੰਟੈਂਟ ਆ ਜਿਹੜਾ ਅਸੀਂ ਉਹੀ ਕੱਢ ਲੈਨੇ ਆ ਬਾਹਰ। ਸੋ ਫਲਾਂ ਦਾ ਜੂਸ ਸ਼ੂਗਰ ਦੇ ਮਰੀਜ਼ਾਂ ਲਈ ਬਿਲਕੁਲ ਸਹੀ ਨਹੀਂਗਾ ਕਿਉਂਕਿ ਇਹਦੇ ਵਿੱਚ ਫਾਈਬਰ ਨਾ ਹੋਣ ਕਰਕੇ ਇਹਦੇ ਵਿੱਚ ਸਿਰਫ ਸ਼ੂਗਰ ਹੀ ਹੁੰਦੀ ਹੈ ਜਿਹੜੀ ਬੜੀ ਜਲਦੀ ਸਾਡੇ ਖੂਨ 'ਚ ਤੁਰੰਤ ਜਿਹੜਾ ਸ਼ੂਗਰ ਦਾ ਲੈਵਲ ਵੱਧ ਜਾਂਦਾ ਨਾਲੇ ਤੁਸੀਂ ਦੇਖੋ ਇੱਕ ਗਲਾਸ ਜੇ ਫਲਾਂ ਦਾ ਜੂਸ ਅਸੀਂ ਕੱਢਦੇ ਆ ਉਹਦੇ ਵਿੱਚ ਅਸੀਂ ਕਿੰਨੇ ਫਲ ਵਰਤ ਲਏ ਤਾਂ ਉਹ ਅਸੀਂ ਇੱਕੋ ਸਮੇਂ ਤੇ ਸਾਰੇ ਫਲ ਜਿਹੜੇ ਖਾ ਲੈਨੇ ਆ ਸੋ ਇਹਦੇ ਨਾਲ ਸਾਡੇ ਸ਼ੂਗਰ ਵਧਣ ਦਾ ਜਿਹੜਾ ਖਤਰਾ ਹੈ ਉਹ ਵੱਧ ਹੋ ਜਾਂਦਾ ਹੈ ਸੋ ਕਦੇ ਵੀ ਫਲਾਂ ਦਾ ਜੂਸ ਨਹੀਂ ਕੱਢ ਕੇ ਪੀਣਾ ਚਾਹੀਦਾ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਆ ਸਿੱਧਾ ਉਵੇਂ ਹੀ ਪੂਰਾ ਫਲ ਹੀ ਖਾਣਾ ਚਾਹੀਦਾ ਏ ਸੋ ਦੋਸਤੋ ਜੇ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਵੀ ਧਿਆਨ ਰੱਖਦੇ ਆ ਤਾਂ ਅਸੀਂ ਆਪਦੇ ਆਪ ਨੂੰ ਸ਼ੂਗਰ ਤੋਂ ਬਚਾ ਕੇ ਰੱਖ ਸਕਦੇ ਆ ਸ਼ੂਗਰ ਦਾ ਲੈਵਲ ਮੇਨਟੇਨ ਰਹਿ ਸਕਦਾ ਏ ਸੋ ਆਓ ਹੁਣ ਅਸੀਂ ਗੱਲ ਕਰਦੇ ਹਾਂ ਵੀ ਉਹ ਕਿਹੜੇ ਨੁਸਖੇ ਆ ਘਰੇਲੂ ਜਿਨ੍ਹਾਂ ਨਾਲ ਅਸੀਂ ਆਪਦੇ 슈ਗਰ ਦੇ ਲੈਵਲ ਨੂੰ ਠੀਕ ਰੱਖਣ ਚ ਜਿਹੜੇ ਸਾਡੇ ਹੋਰ ਸਿਹਤਾਂ ਕਰਨਗੇ ਉਹਨਾਂ ਚ ਦੋਸਤੋ ਆਉਂਦੀ ਆ ਰਾਗੀ ਦਾ ਆਟਾ ਸੋ ਰਾਗੀ ਦੇ ਆਟੇ ਦੀ ਜੇ ਅਸੀਂ ਰੋਟੀ ਖਾਵਾਂਗੇ ਜਿਹਨੂੰ ਅਸੀਂ ਫਿੰਗਰ ਮਿਲਟਸ ਵੀ ਕਹਿ ਦਿੰਨੇ ਆ ਸੋ ਰਾਗੀ ਦੇ ਆਟੇ ਦੀ ਬਰਾਊਨ ਕਲਰ ਦੀ ਪੂਰੇ ਰੰਗ ਦੀ ਰੋਟੀ ਬਣਦੀ ਆ ਸੋ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਆ ਆਇਰਨ ਬਹੁਤ ਵਧੀਆ ਪਾਇਆ ਜਾਂਦਾ ਤੇ ਕੈਲਸ਼ੀਅਮ ਵੀ ਬਹੁਤ ਵਧੀਆ ਹੁੰਦਾ ਸੋ ਕਣਕ ਦੀ ਬਜਾਏ ਜੇ ਤੁਸੀਂ ਰਾਗੀ ਦਾ ਆਟਾ ਵਰਤੋਂ ਇਹਦੇ ਵਿੱਚ ਫਾਈਬਰ ਵੀ ਬਹੁਤ ਜ਼ਿਆਦਾ ਹੁੰਦਾ ਤਾਂ ਤੁਸੀਂ ਆਪਦੇ ਖੂਨ ਚ ਜਿਹੜਾ 슈ਗਰ ਦਾ ਲੈਵਲ ਹੈ ਉਹਨੂੰ ਮੇਨਟੇਨ ਰੱਖ ਸਕਦੇ ਆ ਸੋ ਜਿਨ੍ਹਾਂ ਲੋਕਾਂ ਨੂੰ 슈ਗਰ ਹੈ ਉਹਨਾਂ ਨੂੰ ਕਣਕ ਬਿਲਕੁਲ ਬੰਦ ਕਰਨੀ ਚਾਹੀਦੀ ਆ ਕਿਉਂਕਿ ਕਣਕ ਵਿੱਚ ਵੀ ਕਾਰਬੋਹਾਈਡਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਆ ਸੋ ਇਹ ਵੀ ਤੁਰੰਤ ਸਾਡੇ ਖੂਨ ਚ 슈ਗਰ ਦਾ ਲੈਵਲ ਨੂੰ ਵਧਾਉਂਦੀ ਆ ਸੋ ਕਣਕ ਦੀ ਰੋਟੀ ਦੀ ਬਜਾਏ ਤੁਸੀਂ ਹਮੇਸ਼ਾ ਜਿਹੜਾ ਰਾਗੀ ਦੀ ਰੋਟੀ ਰਾਗੀ ਦੇ ਆਟੇ ਦੀ ਰੋਟੀ ਦਾ ਸੇਵਨ ਕਰੋ ਇਹਦੇ ਨਾਲ ਤੁਹਾਨੂੰ 슈ਗਰ ਨੂੰ ਮੇਨਟੇਨ ਰੱਖਣ ਚ ਬਹੁਤ ਸਹਾਇਤਾ ਮਿਲੂਗੀ ਤੇ ਦੋਸਤੋ ਅਗਲਾ ਜਿਹੜਾ ਨੁਸਖਾ ਹੈ ਉਹਦੇ ਵਿੱਚ ਅਸੀਂ ਗੱਲ ਕਰਦੇ ਆਂ ਕਿ ਮੇਥੀ ਦਾਣਾ ਵੀ 슈ਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਸਾਡੇ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਠੀਕ ਕਰਦਾ ਹੈ ਤੇ 슈ਗਰ ਨੂੰ ਵੀ ਜਿਹੜਾ ਬਾੜ ਦਾ ਹੈ ਸੋ ਜਦੋਂ ਅਸੀਂ ਮੇਥੀ ਦਾਣੇ ਦਾ ਸੇਵਨ ਕਰਦੇ ਆ ਤਾਂ ਇਹਦੇ ਨਾਲ ਸਾਨੂੰ ਬੜੀ ਸਿਹਤ ਆ ਮਿਲਦੀ ਸਾਡੇ ਖੂਨ ਚ 슈ਗਰ ਦੇ ਲੈਵਲ ਨੂੰ ਮੇਨਟੇਨ ਰੱਖਣ ਚ ਸੋ ਖਾਣਾ ਕਿਵੇਂ ਇਹਦਾ ਸੇਵਨ ਕਿਵੇਂ ਕਰਨਾ ਰਾਤ ਨੂੰ ਇੱਕ ਚਮਚਾ ਮੇਥੀ ਦਾਣੇ ਦਾ ਤੁਸੀਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੋ ਸਵੇਰੇ ਨਿਰਨੇ ਕਾਲ ਜਿਉਂ ਪਾਣੀ ਦਾ ਵੀ ਸੇਵਨ ਕਰਨਾ ਹੈ ਤੇ ਮੇਥੀ ਦਾਣਾ ਵੀ ਚਬਾ ਕੇ ਖਾਣਾ ਇਹਦੇ ਵਿੱਚ ਜਿਹੜਾ ਸੋਲਿਊਬਲ ਫਾਈਬਰ ਹੁੰਦਾ ਹੈ ਉਹ ਵੀ ਸਾਡੇ ਪੇਟ ਤੇ ਜਾ ਕੇ 슈ਗਰ ਨੂੰ ਸੋਖਣ ਨਹੀਂ ਦਿੰਦਾ ਅੰਤੜੀਆਂ ਚ ਸੋ ਜਿਹਦੇ ਕਰਕੇ ਸਾਡੇ 슈ਗਰ ਦਾ ਲੈਵਲ ਮੇਨਟੇਨ ਰਹਿੰਦਾ ਹੈ ਸੋ ਜਿਨ੍ਹਾਂ ਲੋਕਾਂ ਨੂੰ 슈ਗਰ ਆ ਉਹ ਮੇਥੀ ਦਾਣੇ ਦਾ ਵੀ ਜਰੂਰ ਸੇਵਨ ਕਰਨੇ ਇਹਦੇ ਨਾਲ ਵੀ ਬੜੀ ਸਹਾਇਤਾ ਮਿਲੂਗੀ 슈ਗਰ ਦਾ ਲੈਵਲ ਮੇਨਟੇਨ ਰੱਖਣ ਚ ਤੇ ਦੋਸਤੋ ਅਗਲੀ ਜਿਹੜੀ ਚੀਜ਼ ਸਾਨੂੰ 슈ਗਰ ਵਾਸਤੇ ਬਹੁਤ ਹੀ ਵਧੀਆ ਉਹ ਹੈਗਾ ਸੇਬ ਦਾ ਸਿਰਕਾ ਦੋਸਤੋ ਅਕਸਰ ਹੀ ਲੋਕਾਂ 'ਚ ਸਿਰਫ ਇਹ ਗੱਲ ਸੁਣਨ ਨੂੰ ਮਿਲਦੀ ਵੀ ਸੇਬ ਦਾ ਸਿਰਕਾ ਸਾਡੇ ਭਾਰ ਨੂੰ ਘੱਟ ਕਰਨ ਵਾਸਤੇ ਹੀ ਵਰਤਿਆ ਜਾਂਦਾ ਪਰ ਦੋਸਤੋ ਇਹ ਭਾਰ ਨੂੰ ਤਾਂ ਘੱਟ ਕਰਦਾ ਹੀ ਕਰਦਾ ਇਹਦੇ ਨਾਲ ਨਾਲ ਇਹ 슈ਗਰ ਦੇ ਲੈਵਲ ਨੂੰ ਮੇਨਟੇਨ ਰੱਖਣ 'ਚ ਖੂਨ 'ਚ ਸਾਡੀ ਸਹਾਇਤਾ ਕਰਦਾ ਹੈ ਸੋ ਸੇਬ ਦਾ ਸਿਰਕਾ ਅਸੀਂ ਵਰਤਣਾ ਕਿਵੇਂ ਆ ਇਹਨੂੰ ਸਿੱਧਾ ਨਹੀਂ ਪੀਣਾ ਉਹਦੇ ਨਾਲ ਤੁਹਾਨੂੰ ਸਤੋੜਾ ਜਿਹੜਾ ਗਲਾ ਹੈ ਉਹਦੇ ਵਿੱਚ ਵੀ ਕਹਿ ਲਓ ਛਾਲੇ ਹੋ ਸਕਦੇ ਆ ਸੋ ਇਹਨੂੰ ਹਮੇਸ਼ਾ ਡਿਲਿਊਟ ਕਰਕੇ ਪੀਣਾ ਹੈ ਪਾਣੀ ਦੇ ਵਿੱਚ ਇੱਕ ਵੱਡੇ ਗਲਾਸ ਪਾਣੀ 'ਚ ਇੱਕ ਚਮਚਾ ਤੁਸੀਂ ਸੇਬ ਦਾ ਸਿਰਕਾ ਮਿਲਾਓ ਤੇ ਪੀਣਾ ਕਦੋਂ ਆ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਹਦਾ ਸੇਵਨ ਕਰਨਾ ਹੈ ਇਹਦੇ ਨਾਲ ਜਿਹੜੀ ਤੁਹਾਡੀ ਪੋਸਟ ਪ੍ਰੈਂਡੀਅਲ ਜਿਹੜੀ ਬਲੱਡ ਸ਼ੂਗਰ ਆ ਉਹ ਘਟ ਜੂਗੀ ਸੋ ਸ਼ੂਗਰ ਜਿਹੜਾ ਸ਼ੂਗਰ ਦਾ ਲੈਵਲ ਮੇਨਟੇਨ ਰੱਖਣ ਚ ਬੜੀ ਸਹਾਇਤਾ ਮਿਲਦੀ ਆ ਸੋ ਭੋਜਨ ਕਰਨ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇਹਦਾ ਦਿਨ ਚ ਦੋ ਵਾਰ ਸੇਵਨ ਕਰੋ ਇਹਦੇ ਨਾਲ ਬਹੁਤ ਤੁਹਾਨੂੰ ਲਾਭ ਮਿਲੂਗਾ ਸ਼ੂਗਰ ਦੇ ਮਰੀਜ਼ਾਂ ਨੂੰ ਬਹੁਤ ਸਹਾਇਤਾ ਮਿਲੂਗੀ ਆਵਦੇ ਸ਼ੂਗਰ ਨੂੰ ਠੀਕ ਰੱਖਣ ਵਾਸਤੇ ਸੋ ਦੋਸਤੋ ਇੱਕ ਹੋਰ ਸਲਾਹ ਜਿਹੜੀ ਮੈਂ ਸ਼ੂਗਰ ਦੇ ਮਰੀਜ਼ਾਂ ਨੂੰ ਦੇਣੀ ਚਾਹਣਾ ਵੀ ਸੈਰ ਜ਼ਰੂਰ ਕਰਨ ਘੱਟੋ ਘੱਟ 30 ਤੋਂ 40 ਮਿੰਟ ਦਿਨ ਚ ਰੋਜ਼ਾਨਾ ਸੈਰ ਕਰਨ ਕਿਉਂਕਿ ਬਿਨਾ ਸੈਰ ਤੋਂ ਅਸੀਂ ਸ਼ੂਗਰ ਦੇ ਲੈਵਲ ਨੂੰ ਮੇਨਟੇਨ ਨਹੀਂ ਰੱਖ ਸਕਦੇ ਸੋ ਸੈਰ ਬਹੁਤ ਜ਼ਰੂਰੀ ਆ ਸੋ ਜਿਹੜਾ ਕੰਮ ਇੱਕ ਮੈਟਫਾਰਮਿਨ ਦੀ ਗੋਲੀ ਕਰਦੀ ਆ ਉਹ ਅਸੀਂ ਐਕਸਰਸਾਈਜ਼ ਨਾਲ ਸੈਰ ਨਾਲ ਵੀ ਕਰ ਸਕਦੇ ਆ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਫਾਇਦਾ ਲੈ ਸਕਣ ਤੇ ਆਪਣਾ ਪੇਜ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ।